ਜੇਕਰ ਤੁਸੀਂ ਕਦੇ ਫਰੀਦਕੋਟ ਵਾਲੇ ਪਾਸੇ ਪਿੰਡਾਂ 'ਚ ਰਾਤ ਵੇਲੇ ਲੰਘਣ ਦਾ ਮੌਕਾ ਮਿਲੇ ਤੇ ਅਚਾਨਕ ਤੁਹਾਨੂੰ 12 ਵਜੇ ਤੋਂ ਬਾਅਦ ਸੀਟੀਆਂ, ਡਾਂਗਾਂ ਤੇ ਰਫਲਾਂ ਵਾਲੇ ਲੋਕ ਟੱਕਰ ਜਾਣ ਤਾਂ ਤੁਸੀਂ ਕੁਦਰਤੀ ਗੱਲ ਹੈ ਕਿ ਘਬਰਾ ਜਾਵੋ। ਪਰ ਜ਼ਰਾ ਰੁਕੋ, ਇਹ ਖਬਰ ਤੁਹਾਡੀ ਘਬਰਾਹਟ ਹਟਾ ਸਕਦੀ ਹੈ, ਕਿਉਂਕਿ ਐਵੇਂ ਹੀ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਲੋਕ ਉਸ ਵੇਲੇ ਘਬਰਾ ਗਏ ਸਨ ਜਦੋਂ ਰਾਤ ਵੇਲੇ ਅਚਾਨਕ ਉਹਨਾਂ ਨੂੰ ਗਲੀਆਂ 'ਚ ਸੀਟੀਆਂ ਤੇ ਹੋਰ ਹਥਿਆਰਾਂ ਨਾਲ ਲੈਸ ਲੋਕਾਂ ਦੀ ਭਿਣਕ ਪਈ। ਪਰ ਜਦੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਪਿੰਡ ਡੱਗੋ ਰੋਮਾਣਾ, ਰਤੀ ਰੇੜਾ ਸਮੇਤ ਹੋਰ ਪਿੰਡਾਂ ਦੇ ਮੁੰਡੇ ਰਾਤ ਵੇਲੇ ਕਮਾਲ ਦੇ ਕੰਮ ਕਰਦੇ ਦਿਖਾਈ ਦਿੱਤੇ। ਅਸਲ 'ਚ ਇਹਨਾਂ ਮੁੰਡਿਆਂ ਨੇ ਰਾਤ ਵੇਲੇ ਆਪਣੇ ਪਿੰਡਾਂ ਦੀ ਹਿਫਾਜ਼ਤ ਕਰਨ ਦਾ ਬੇੜਾ ਖੁਦ ਚੁੱਕਿਆ। ਪਹਿਲਾਂ ਜ਼ਰਾ ਇਹ ਤਸਵੀਰਾਂ ਦੇਖੋ ਕਿਵੇਂ ਲੋਕ ਆਪਣੇ ਘਰਾਂ ਦੀ ਰਾਖੀ ਖੁਦ ਕਰ ਰਹੇ ਨੇ, ਫਿਰ ਤੁਹਾਨੂੰ ਮੌਕੇ ਤੇ ਗਸ਼ਤ ਕਰਦੇ ਕਰਦੇ ਪਿੰਡ ਆਏ ਪੁਲਸੀਏ ਨੇ ਮੁੰਡਿਆਂ ਨਾਲ ਕੀ ਕੀਤਾ ਇਹ ਵੀ ਦਿਖਾਵਾਂਗੇ। ਫਿਕਰੀ ਪਹਿਲਾਂ ਸਾਨੂੰ ਕਾਫੀ 10 ਦਿਨ ਹੋ ਗਏ ਜੀ ਲਾਏ ਨੂੰ, ਆਪਣੇ ਆਂਢ ਗੁਆਂਢ ਪਿੰਡਾਂ 'ਚ ਵਾਰਦਾਤਾਂ ਹੋਈਆਂ, ਆਪਣੇ ਪਿੰਡ ਵੀ ਹੋਈ ਹੈ, ਇਸ ਕਰਕੇ ਅਸੀਂ ਠਿਕਰੀ ਪਹਿਰਾ ਲਾਇਆ ਵਾ ਜੀ। 10 ਦਿਨ ਹੋ ਗਏ ਸੀ, ਆਪਦੀ ਸੁਰੱਖਿਆ ਆਪ ਕਰ ਰਹੇ ਹਾਂ ਜੀ। ਸਾਨੂੰ ਕੋਈ ਪ੍ਰਸ਼ਾਸਨ ਤੋਂ ਬੜਾ ਵਧੀਆ ਕੋਈ ਮਿਲ ਨਹੀਂ ਰਿਹਾ ਕੁਛ ਜੀ। ਪਹਿਰੇ ਲਗਾਏ ਜਾ ਰਹੇ ਨੇ ਜੋ ਸਾਡੇ ਪਿੰਡ ਕੁਛ ਦਿਨ ਪਹਿਲਾਂ ਵਾਰਦਾਤ ਹੋਈ ਸੀਗੀ, ਉਸ ਨੂੰ ਵੱਖ ਰੱਖਦੇ ਹੋਏ ਵੀ ਹੋਰ ਕੋਈ ਅਣਸੁਖਾਵੀ ਘਟਨਾ ਵਾਪਰੇ, ਉਸ ਕਰਕੇ ਇਹ ਪਿੰਡ ਦੇ ਕਲੱਬ ਵੱਲੋਂ ਵੀ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਪਹਿਰੇ ਲਗਾਏ ਜਾ ਰਹੇ ਆ ਜੀ। ਕੋਈ ਰਾਤ ਨੂੰ ਤਾਂ ਨਹੀਂ ਕੋਈ ਆਇਆ ਜੂ, ਕੋਈ ਮਾੜਾ ਮੋਟਾ ਕੋਈ ਵਹਿਮ ਪੈ ਗਿਆ ਕੋਈ ਬੰਦਾ ਗਾਂਹ ਪਛਾਣ ਦਾ, ਉਹ ਜੀ ਗੱਲ ਤਾਂ ਹੈਗੀ ਆ, ਕੋਈ ਨੋਰਮਲ ਹੀ ਰਿਹਾ ਵੈਸੇ ਕੰਮ, ਕੋਈ ਉਹ ਜੀ ਗੱਲ ਨਹੀਂ ਹੋਈ। ਕਿਉਂਕਿ ਆਉਂਦਾ ਜੀ ਬਾਹਰੋਂ ਅਤੇ ਅਸੀਂ ਪਹਿਲਾਂ ਥਾਲੀ ਦੱਸ ਦੇ ਗਏ, ਉਹਦਾ ਕੋਈ ਆਈ ਕਾਰਡ, ਕੋਈ ਆਈਡੈਂਟੀ ਕਾਰਡ ਕੋਈ ਵੀ ਚੈੱਕ ਕਰੀਦਾ, ਪੁੱਛੀਦਾ ਵੀ ਕਿੱਥੋਂ ਆਇਆ, ਜੇ ਸਾਨੂੰ ਕੋਈ ਸ਼ੱਕੀ ਲੱਗਦਾ ਅਸੀਂ ਕਹਿੰਦੇ ਵੀ ਗੱਲ ਕਰਾ ਜਿੱਥੇ ਜਾਣਾ, ਜਾਂ ਵੀ ਆਪਦਾ ਕੋਈ ਪਿੰਡ ਦਾ ਮੈਂਬਰ ਜਾਂ ਪੰਚਾਇਤ ਦਾ ਕੋਈ ਜਿਹੜਾ ਹੈਗਾ ਉਹਦੇ ਨਾਲ ਕੋਈ ਗੱਲ ਕਰਾਵੇ, ਫਿਰ ਅਸੀਂ ਜੋ ਸਾਨੂੰ ਪੂਰਾ ਯਕੀਨ ਹੋਇਆ ਤਾਂ ਵੈਰੀਫਾਈ ਕਰ ਲੈਂਦੇ ਹਾਂ ਵੀ ਸਹੀ ਹੈ ਬੰਦਾ ਉਦੋਂ ਤੋਰੀਦਾ ਜੀ। ਕੁਝ ਕੁ ਟਾਈਮ ਪਹਿਲਾਂ ਅਤੇ ਜਾਂ ਕਲੀਏ ਪਿਛਲੇ ਸਾਲ ਵੀ ਪਰਾ ਜਿਹੜੀ ਸਾਡੇ ਪਿੰਡ ਦੇ ਵਿੱਚ 2 ਚੋਰੀਆਂ ਹੋਈਆਂ ਸੀਗੀਆਂ, ਇੱਕ ਤਾਂ ਹਰਚੰਦ ਸਿੰਘ ਦੇ ਘਰ ਹੋਈ ਸੀਗੀ, ਦੂਜਾ ਇੱਥੇ ਸਾਡੇ ਰਾਜਾ ਸਿੰਘ ਜੀ ਇੱਥੇ ਪਿੰਡ ਦੇ ਵਿੱਚ ਘਰ ਸੀ, ਅੱਜ ਕੱਲ੍ਹ ਚਲੋ ਟੈਣੀ ਵਿੱਚ ਰਹਿ ਰਹੇ ਨੇ, ਉਹਨਾਂ ਜਿਹੜੀਆਂ ਸੋਨਾ ਚੋਰੀ ਹੋ ਗਿਆ ਸੀ, ਨਕਦੀ ਚੋਰੀ ਹੋ ਗਈ ਸੀ, ਅਤੇ ਪਰ ਉਦੋਂ ਪਿੰਡ ਦੇ ਪਿੰਡ ਪੱਧਰ ਦੇ ਵਿੱਚ ਥੋੜ੍ਹਾ ਘੱਟ ਉਪਰਾਲਾ ਸੀ, ਕਿਉਂਕਿ ਇਹ ਮੇਰੀ ਅੱਜ ਉਮਰ 24 ਸਾਲ ਦੀ ਹੋ ਗਈ ਹੈ ਅਤੇ ਮੈਂ ਆਪਦੇ ਜੀਵਨ ਪੱਧਰ ਦੇ ਵਿੱਚ ਪਹਿਲੀ ਵਾਰੀ ਅਸੀਂ ਦੇਖੀਆਂ ਸੀ ਵੀ ਪਿੰਡ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ। ਅਤੇ ਫਿਰ ਜਿਹੜੀ ਆ ਹੁਣੇ ਜਿਹੜੀ ਹੁਣ ਤਾਜ਼ਾ ਜਿਹੜੀ ਖਬਰੀ ਇਹ ਹੈ ਵੀ ਆਪਣੇ ਪਿੰਡੋਂ ਇੱਕ ਜਗਰੂਪ ਸਿੰਘ ਦੇ ਘਰ ਵੀ ਜਿਹੜੀ ਬਹੁਤ ਵੱਡੀ ਚੋਰੀ ਹੋਈ ਸੀ, ਉਹਨਾਂ ਨੂੰ ਬੜੀ ਇਸ ਗੱਲ ਦਾ ਜਿਹੜਾ ਉਹਨਾਂ ਨੂੰ ਹਾਨੀ ਉਠਾਉਣੀ ਪਈ ਹੈ, ਅਤੇ ਉਸ ਵਿਸ਼ੇ ਨੂੰ ਮੁੱਖ ਰੱਖਦਿਆਂ ਸਾਡੇ ਪੂਰੇ ਸਮਸਤ ਪੰਜਾਬ ਆਪਣੀ ਪੰਚਾਇਤ ਨੇ ਅਤੇ ਅਸੀਂ ਮੈਂਬਰਾਂ ਨੇ ਅਤੇ ਸਾਡੀ ਇਸ ਕਮੇਟੀ ਨੇ ਅਤੇ ਸਾਡੇ ਨੌਜਵਾਨਾਂ ਨੇ ਸਾਰਿਆਂ ਮਿਲ ਕੇ ਅਸੀਂ ਉਪਰਾਲਾ ਕੀਤਾ ਕਿ ਹਰ ਪਿੰਡ ਦੇ ਅਸੀਂ ਆਪਣੇ ਪਿੰਡ ਪੱਧਰ 'ਤੇ ਹਰ ਮੋੜ 'ਤੇ ਅਸੀਂ ਇੱਕ ਠੀਕਰੀ ਪਹਿਰਾ ਦਈਏ, ਜਿਸ ਦੇ ਵਿੱਚ ਆਉਣ ਵਾਲੇ ਹਰ ਹਣ ਪਛਾਤੇ ਵਿਅਕਤੀ ਨੂੰ ਚੰਗੀ ਤਰ੍ਹਾਂ ਵੈਰੀਫਾਈ ਅਤੇ ਚੰਗੀ ਗ੍ਰੀਟਿੰਗ ਦੇ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਉਹਨਾਂ ਦੇ ਆਧਾਰ ਕਾਰਡ ਵਗੈਰਾ ਜਾਂ ਉਹਨਾਂ ਦਾ ਕੋਈ ਪ੍ਰੂਫ ਵਗੈਰਾ ਚੈੱਕ ਕਰੀਏ ਅਤੇ ਫਿਰ ਉਸ ਨੂੰ ਸਮਝਾਉਣ ਦਈਏ। ਉੱਧਰ ਸਦਰ ਥਾਣਾ ਫਰੀਦਕੋਟ ਦੀ ਗਸ਼ਤ ਟੀਮ ਦੇ ਮੈਂਬਰ ਸਵਰਨ ਸਿੰਘ ਨੇ ਮੁੰਡਿਆਂ ਨੂੰ ਰਾਤ ਵੇਲੇ ਚੈਕਿੰਗ ਦੇ ਸਾਰੇ ਰੂਲ ਸਮਝਾਏ ਅਤੇ ਖੁਦ ਹਰੇਕ ਵੇਲੇ ਸਹਿਯੋਗ ਦਾ ਭਰੋਸਾ ਦਿੱਤਾ। ਇਲਾਕੇ ਦੇ ਵਿੱਚ ਗਸ਼ਤ ਸਾਡੀ ਚੱਲ ਰਹੀ ਹੈ, ਅਸੀਂ ਪਿੰਡਾਂ ਦੇ ਵਿੱਚ ਇਲਾਕੇ ਦੇ ਵਿੱਚ ਜਿਹੜੇ ਕੁਝ ਵਾਰਦਾਤਾਂ ਵਧੀਆਂ ਸੀਗੀਆਂ, ਵਧਣ ਵਾਰਦਾਤਾਂ ਵਧਣ ਦੇ ਨਾਲ ਜਿਹੜਾ ਇਲਾਕੇ ਦੇ ਵਿੱਚ ਲੋਕ ਜਾਗਰਤ ਹੋਏ ਆ, ਡੀ ਸਾਹਿਬ ਅਤੇ ਐਸ ਐਸ ਪੀ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਪਹਿਰੇ ਵਗੈਰਾ ਠਿੱਕੀ ਵਗੈਰਾ ਲੱਗੇ ਆ, ਬਹੁਤ ਸੋਹਣਾ ਵਰਕ ਕਰ ਰਹੇ ਮੁੰਡੇ। ਇਹਨਾਂ ਨੂੰ ਸਮਝਾਉਣ ਦੀ ਖਾਤਰ ਇਹਨਾਂ ਦੇ ਵਰਕਰ ਦੇ ਨਾਲ ਪੁਲਿਸ ਪਾਰਟੀ ਸਾਰੇ ਪਿੰਡਾਂ ਦੇ ਵਿੱਚ ਇਲਾਕੇ ਦੇ ਵਿੱਚ ਗਸ਼ਤ ਕਰ ਰਹੀ ਹੈ, ਇਹਨਾਂ ਦਾ ਸਹਿਯੋਗ ਦੇ ਰਹੀ ਹੈ, ਇਹਨਾਂ ਨੂੰ ਸਮੇਂ ਸਮੇਂ ਤਾਂ ਹਦਾਇਤਾਂ ਦੀ ਪਾਲਣਾ ਕਰਾਉਂਦੇ ਹੋਏ ਇਹਨਾਂ ਨੂੰ ਸਮਝਾ ਰਹੇ ਹਾਂ ਕਿ ਭਾਈ ਇਲਾਕੇ ਦੇ ਵਿੱਚ ਕੋਈ ਵੀ ਵਾਰਦਾਤੀ ਇਨਸਾਨ ਤੁਹਾਨੂੰ ਰਾਤ ਨੂੰ ਲੰਘਦਾ ਮਿਲਦਾ, ਹੁਣ ਤਰੀਕੇ ਨਾਲ ਚੈਕਿੰਗ ਕਰੋ, ਉਹਦੀ ਦੇਖ ਰੇਖ ਕਰੋ, ਪੂਰਾ ਸਮਝਾ ਕੇ ਜੇਕਰ ਤੁਹਾਨੂੰ ਮਾੜਾ ਅਨਸਰ ਸਮਝ ਵਿੱਚ ਆਉਂਦਾ ਵੀ ਕੋਈ ਮਾੜਾ ਅਨਸਰ ਹੈ ਤਾਂ ਉਹਦੀ ਚੈਕਿੰਗ ਕਰਕੇ ਤੁਰੰਤ ਸਾਡੇ ਇਹਨਾਂ ਨੂੰ ਨੰਬਰ ਦੱਸੇ ਹੋਏ ਆ ਵੀ ਕੰਟਰੋਲ ਰੂਮ 'ਤੇ 112 'ਤੇ ਜਾਂ ਐਸ ਐਚ ਓ ਸਾਹਿਬ ਦਾ ਨੰਬਰ ਦਿੱਤਾ ਹੋਇਆ, ਐੱਮ ਐੱਸ ਸੀ ਦਾ ਥਾਣਾ ਦਿੱਤਾ ਹੋਇਆ, ਸਾਡੇ ਜਿਹੜੇ ਤਫਤੀਸ਼ੀ ਅਫਸਰ ਅਸੀਂ ਇਲਾਕੇ ਦੇ ਵਿੱਚ ਗਸ਼ਤ ਕਰ ਰਹੇ ਹਾਂ, ਸਾਡੇ ਨੰਬਰਾਂ ਟੋਟਲ ਅਸੀਂ ਥਾਣੇ ਦੇ ਜਿਹੜਾ ਇਲਾਕੇ ਦੇ ਵਿੱਚ ਪਹਿਰਾ ਪਾਰਟੀਆਂ ਸਾਰਿਆਂ ਨੂੰ ਦਿੱਤੇ ਹੋਏ ਆ। ਠਿਕਰੀ ਪਹਿਰਾ ਬਹੁਤ ਵਧੀਆ ਚੱਲ ਰਿਹਾ, ਵਾਰਦਾਤਾਂ ਦੇ ਕੁਛ ਕੁ ਜਿਹੜੀਆਂ ਵਾਰਦਾਤਾਂ ਹੋਈਆਂ ਸੀਗੀਆਂ ਕੁਛ ਅਫਸਰਾਂ ਦੇ ਆਦੇਸ਼ਾਂ ਦੇ ਅਨੁਸਾਰ ਮਿਹਨਤ ਸਦਕਾ ਪੁਲਿਸ ਦੀ ਮਿਹਨਤ ਕੁਛ ਅਸੀਂ ਜਿਹੜੇ ਆ ਦੋਸ਼ੀ ਕਾਬੂ ਕਰ ਚੁੱਕੇ ਹਾਂ, ਜੇ ਇੱਕੜ ਦੁੱਕੜ ਜਿਹੜੀਆਂ ਵਾਰਦਾਤਾਂ ਹੋਰ ਹੋ ਰਹੀਆਂ ਉਹਨਾਂ 'ਤੇ ਜਿੱਦਣ ਦਾ ਪਹਿਰੇ ਲੱਗੇ ਉਸ ਤੋਂ ਬਾਅਦ ਸੰਕੋਚ ਹੈ, ਬੱਚਤ ਹੋ ਰਹੀ ਹੈ, ਅਤੇ ਜੇ ਲੋਕ ਸਤਰਕ ਹੈ ਇਸ ਵਾਰ ਲੋਕ ਨਾਲ ਖੜ ਗਏ ਪੁਲਿਸ ਪਾਰਟੀ ਦੇ ਅਤੇ ਕੋਈ ਵਾਰਦਾਤ ਹੋਣੀ ਮੇਰੇ ਧਿਆਨ 'ਚ ਨਹੀਂ, ਕੋਈ ਵਾਰਦਾਤ ਨਹੀਂ ਆਈ। ਸੋ ਜਿਹੋ ਜਿਹਾ ਉਪਰਾਲਾ ਇਹਨਾਂ ਪਿੰਡਾਂ ਵੱਲੋਂ ਵੱਡਿਆਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ, ਜੇਕਰ ਇਹੋ ਜਿਹਾ ਉੱਦਮ ਪੰਜਾਬ ਦੇ ਹਰੇਕ ਪਿੰਡ 'ਚ ਸ਼ੁਰੂ ਹੋ ਜਾਵੇ ਤਾਂ ਹਰੇਕ ਘਰ ਚੈਨ ਦੀ ਨੀਂਦ ਸੌ ਸਕੇਗਾ। ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਸਿੰਘ ਰੋਮਾਣਾ ਦੀ ਰਿਪੋਰਟ।